ਆਹ ਹੁੰਦੀ ਆ ਇੱਜ਼ਤ ਜੋ ਹਰਜੀਤ ਬਰਾੜ ਨੇ ਕਮਾਈ, ਅਤੇ ਆਹ ਹੁੰਦੀ ਆ ਜਾਰੀ ਜੋ ਹਰਜੀਤ ਬਰਾੜ ਬਾਜਾ ਖਾਨਾ ਨੇ ਕਮਾਈ। ਪ੍ਰੇਮੀ ਸੀਗੇ ਸਾਡੇ, ਉਹ ਮੈਨੂੰ ਕਹਿੰਦੇ ਵੀ ਸਾਡੀ ਮੌਤ ਹੋ ਜਾਂਦੀ ਵੀ ਹਰਜੀਤ ਦੀ ਨਾ। ਹਰਜੀਤ ਦੀ ਮੌਤ ਹੋਈ ਹੈ ਜੀ, ਜਦੋਂ ਉਹਦੇ ਨਾਂ 'ਤੇ ਕੱਪ ਵੀ ਹੁੰਦੇ ਸੀ, ਲੋਕ ਉਹਦਾ ਨਾਂ ਲੈਂਦੇ ਸੀ, ਬਹੁਤ ਜ਼ਿਆਦਾ ਨਾਂ ਲੈਂਦੇ ਸੀ ਜੀ। ਹੁਣ ਜੀ ਜੇ ਕਿਤੇ ਮੇਲੇ 'ਤੇ ਚਲੇ ਜਾਈਦਾ ਕੋਈ ਨਾਂ ਵੀ ਨਹੀਂ ਲੈਂਦਾ ਉਹਦਾ। ਜਦੋਂ ਉਹ ਜਗਤਾਰ ਕਿੰਨੀ ਨੂੰ ਆਇਆ, ਕੁਦਰਤ ਰੱਬ ਦੀ ਪਤਾ ਨਹੀਂ ਕੀ ਦੇਣ ਸੀ ਜੀ, ਉਹਦੇ ਜਦੋਂ ਮੈਂ ਮਾਰੀ ਉਹਦੇ ਮੇਰੀ ਖੁੱਚ ਹੱਥ 'ਚ ਆ ਗਈ ਜੀ, ਹੈ ਨਾ ਜੀ। ਉਹਨੇ ਦੋ ਕੁ ਝੜਕੇ ਮਾਰੇ, ਮੈਨੂੰ ਵੀ ਸੁਣਿਆ ਵੀ ਉਹਦੇ ਕੜਕ ਦੇ ਕੇ ਹੋਇਆ ਕੁਛ, ਕੌਲਾ ਭਰ ਲੈਣਾ ਉਹਦਾ ਪਨੀਰ ਦਾ ਵਿਆਹ ਸ਼ਾਦੀ 'ਚ, ਉਹ ਕੌਲਾ ਹੀ ਪੀ ਜਾਂਦਾ ਸੀ। ਪਰ ਅਸੀਂ ਬੇਰ ਖੇਡੇ ਜੀ, ਅਸੀਂ ਦੋ ਹੀ ਪਿਓ ਪੁੱਤਾਂ ਦੇ ਜੱਫੇ ਦੀ ਜੀ, ਦੋ ਉਹਨੇ ਲਾਏ ਇੱਕ ਮੈਂ ਲਾਇਆ, ਆਹ ਹੀ ਗਰਾਊਂਡ ਦੇ ਵਿੱਚ ਮੈਂ ਫੜਿਆ ਜੀ ਸੱਭਾ। ਹਾਂਜੀ, ਉਹ ਕਰਕੇ ਛੋਲਿਆਂ ਨੂੰ ਵਿੱਚ ਦੁੱਧ ਪਾ ਕੇ ਫਿਰ ਪੀਂਦਾ। ਹੁਣ ਜੀ ਵਿੱਚ ਬੰਦੇ ਉਹਨੂੰ ਦੇਖ ਕੇ ਕਹੀ ਜਾਂਦੇ ਆ, ਹੈ ਨਾ ਜੀ, ਵੀ ਇਹ ਉਹ ਕਰਦਾ ਪ੍ਰੋਟੀਨ ਆ, ਉਹ ਫਲਾਨਾ ਤਿਮਕਾ ਇਮਕਾ, ਹੈ ਜੀ। ਉਹਨੇ ਜਾਣੀ ਕਿ ਹੁਣ ਤਾਂ ਬੰਦਾ ਕਹਿੰਦਾ ਵੀ ਅੱਜ ਉਹ ਬੰਦੇ ਨੇ ਇੰਨੇ ਬੰਦੇ ਫੜ ਲਏ, ਉਹ ਰੋਜ਼ ਹੀ ਉਨੇ ਬੰਦੇ ਫੜੀ ਜਾਂਦਾ ਸੀ, ਥੱਕਦਾ ਹੀ ਨਹੀਂ ਸੀ ਬੰਦਾ। RMB ਟੈਲੀਵਿਜ਼ਨ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਰਤਨਦੀਪ ਸਿੰਘ ਧਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਗੱਲ ਮਾਂ ਖੇਡ ਕਬੱਡੀ ਦੀ। ਕਬੱਡੀ ਨੇ ਬਹੁਤ ਸਾਰੇ ਸੁਪਰ ਸਟਾਰ ਪੰਜਾਬੀਆਂ ਦੀ ਝੋਲੀ ਪਾਏ, ਪਰ ਕੁਝ ਅਜਿਹੇ ਸੁਪਰ ਸਟਾਰ ਹੋਏ ਨੇ ਜਿਨ੍ਹਾਂ ਨੂੰ ਲੋਕ ਤਾਂ ਬਖੂਬੀ ਜਾਣਦੇ ਨੇ ਪਰ ਵਕਤ ਉਹਨਾਂ ਨੂੰ ਭੁੱਲ ਗਿਆ ਹੈ। ਉਹਨਾਂ ਦੇ ਵਿੱਚੋਂ ਹੀ ਅੱਜ ਅਸੀਂ ਇੱਕ ਸੁਪਰ ਸਟਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ। ਆਪਣੇ ਸਮੇਂ ਦਾ ਟੌਪ ਦਾ ਜਾਫੀ ਰਿਹਾ ਕਸ਼ਮੀਰਾਂ ਮਲੌਦ ਰੋੜੀਆਂ, ਆਓ ਕਰਦੇ ਹਾਂ ਬਾਈ ਦੇ ਨਾਲ ਗੱਲਬਾਤ। ਕਸ਼ਮੀਰਾ ਜੀ, ਤੁਹਾਡਾ ਸਾਡੇ ਪ੍ਰੋਗਰਾਮ ਦੇ ਉੱਤੇ ਨਿੱਘਾ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਆਉਣ ਦੇ ਸਤਿ ਸ਼੍ਰੀ ਅਕਾਲ ਜੀ, ਨਿੱਘਾ ਸਵਾਗਤ ਜੀ, ਤੁਹਾਡਾ ਸਾਰਿਆਂ ਦਾ ਧੰਨਵਾਦ। ਕਸ਼ਮੀਰਾ ਜੀ, ਆਪਾਂ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਤੁਹਾਡੇ ਬਚਪਨ ਤੋਂ। ਤੁਹਾਡਾ ਬਚਪਨ, ਤੁਹਾਡਾ ਬਰਥ ਕਿੱਥੇ ਹੋਇਆ ਅਤੇ ਤੁਸੀਂ ਕਬੱਡੀ ਕਦੋਂ ਖੇਡਣੀ ਸ਼ੁਰੂ ਕਰੀ? ਬਚਪਨ ਤਾਂ ਜੀ ਉਰੇ ਮਲੌਦ ਰੋੜੀਆਂ 'ਚ ਹੀ ਉਹ ਹੋਇਆ ਜੀ। ਜੀ ਹਾਂਜੀ, ਇੱਥੇ ਹੀ ਕਬੱਡੀ ਖੇਡੀ ਜੀ। ਕਬੱਡੀ ਖੇਡਣੀ ਤਾਂ ਚੌਥੀ ਜਮਾਤ 'ਚ ਪੜ੍ਹਦੇ ਸੀ ਜਦ ਤੋਂ ਸ਼ੁਰੂ ਕਰਤੀ ਜੀ, ਹੈ ਨਾ ਜੀ। ਫਿਰ ਹੌਲੀ ਹੌਲੀ ਵੱਧਦੀ ਗਈ ਜੀ, ਵੱਧਦੀ ਗਈ, ਤਕੜੇ ਹੁੰਦੇ ਗਏ ਹੌਲੀ ਹੌਲੀ, 37 ਕਿੱਲੋ, 47 ਕਿੱਲੋ, ਏਕਣ ਖੇਡਦੇ ਗਏ, 62 ਕਿੱਲੋ ਖੇਡਦੇ ਗਏ, ਹੈ ਨਾ ਜੀ। ਅਤੇ ਚਲੋ ਉਦੋਂ ਬਾਅਦ ਸਾਡੇ ਪਿੰਡ ਦੇ ਸੀਗੇ ਇੱਕ ਰਜਿੰਦਰ ਸਿੰਘ ਕਾਕਾ, ਉਹਨੂੰ ਵਧੀਆ ਰੇਡਰ ਸੀਗੇ, ਹੈ ਨਾ ਜੀ। ਉਹਨਾਂ ਨੇ ਮੈਨੂੰ ਓਪਨ ਦੇ ਵਿੱਚ ਵਾੜ ਲਿਆ ਜੀ। ਚਲੋ ਓਪਨ ਦੇ ਵਿੱਚ ਜਦੋਂ ਵਾੜਿਆ ਉਹਨਾਂ ਨੇ, ਮੈਂ ਵਧੀਆ ਕੰਮ ਕਰਿਆ, ਵਧੀਆ ਉਹਨਾਂ ਨੂੰ ਜੱਫੇ ਜੁੱਫੇ ਵਧੀਆ ਦਿੱਤੇ, ਹੈ ਨਾ ਜੀ। ਫਿਰ ਉਹ ਮੈਨੂੰ ਕਹਿੰਦੇ ਵੀ ਚਲੋ ਤੁਸੀਂ ਸਾਡੇ ਬੱਲੇ ਖੇਡਿਆ ਕਰੋ ਇੱਧਰ ਹੀ, ਹੈ ਨਾ ਜੀ। ਅਤੇ ਇੱਦਾਂ ਜੀ ਫਿਰ ਹੌਲੀ ਹੌਲੀ ਚਲੋ ਵੱਧਦੇ ਗਏ, ਹੈ ਨਾ ਜੀ। ਫਿਰ ਉਦੋਂ ਬਾਅਦ ਉਹਦੀ ਲੱਤ ਟੁੱਟ ਗਈ ਜੀ, ਫਿਰ ਖੇਡਣੋਂ ਹਟ ਗਏ। ਫਿਰ ਖੇਡਦੇ ਖੇਡਦੇ ਜੀ ਫਿਰ ਨਾਥ ਆ ਗਿਆ ਜੀ, ਉਹ ਮੈਨੂੰ ਪਿੰਡੋਂ ਆ ਕੇ ਕਹਿੰਦੇ ਵੀ ਤੂੰ ਹੁਣ ਸਿੰਹਾਂ ਦਾ ਉੱਚੀ ਖੇਡਿਆ ਕਰ, ਹੈ ਨਾ ਜੀ। ਫਿਰ ਜੀ ਇੱਕ ਭਲਵਾਨ ਘੋਲ, ਉਹ ਤਕੜਾ ਸੀ, ਚਲੋ ਨਾਥ ਤਕੜਾ ਸੀ ਜੀ ਬਹੁਤ, ਨਾਥ ਨੇ ਰੇਡਾਂ ਪਾਈਆਂ, ਬਹੁਤ ਵਧੀਆ ਪਾਉਂਦਾ ਸੀ, ਅਸੀਂ ਜਾਫੀ ਵਧੀਆ ਸੀ,
ਸਾਡੀ ਟੀਮ ਜਿੱਤਦੀ ਤੀ ਜੀ ਬਹੁਤ। ਹਾਂਜੀ ਅਸੀਂ ਫਿਰ ਖੇਡੇ ਜੀ 7 ਸਾਲ 8 ਸਾਲ ਲਗਾਤਾਰ ਬਹੁਤ ਕਬੱਡੀ ਖੇਡੀ ਜੀ। ਫਿਰ ਉਦੋਂ ਬਾਅਦ ਜੀ ਅਸੀਂ ਰਾੜਾ ਸਾਹਿਬ ਅਕੈਡਮੀ 'ਚ ਖੇਡਣ ਲੱਗ ਗਏ। ਹਾਂਜੀ ਨਾਥ ਮੈਂ ਅਤੇ ਇੱਕਣ ਜੀ ਉੱਥੇ ਅਕੈਡਮੀ 'ਚ ਚੜ੍ਹਨ ਲੱਗ ਗਏ। ਉੱਥੋਂ ਖੇਡਦੇ ਖੇਡਦੇ ਜੀ ਜਦੋਂ ਤਕੜੇ ਹੋ ਗਏ, ਚਲੋ ਫਿਰ ਬਿਜਲੀ ਬੋਰਡ ਵਾਲਿਆਂ ਨੇ ਬਾਂਹ ਫੜ ਲਈ, ਹੈ ਨਾ ਜੀ। ਬਲਵੀਰ ਬਿੱਟੂ ਹੋਣੀ ਸੀਗੇ, ਬਿੱਟੂ ਆ ਕੇ ਕਹਿਣ ਦਾ ਤੀ ਮੈਨੂੰ ਵੀ ਤੁਸੀਂ ਇੱਧਰ ਆ ਜਾਓ ਬਿਜਲੀ ਬੋਰਡ 'ਚ ਖੇਡੋ। ਮੈਂ ਅਤੇ ਕਿਰਪਾਲ ਘੋਲ ਦੋਈ ਬਿਜਲੀ ਬੋਰਡ 'ਚ ਖੇਡਦੇ ਰਹੇ ਜੀ ਬਹੁਤ ਚਿਰ। ਇੱਥੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੂੰਗਾ ਵੀ ਕਸ਼ਮੀਰਾ ਬਾਈ ਆਪਣੀ ਜ਼ਿੰਦਗੀ ਦੇ 2 ਦਹਾਕੇ ਕਬੱਡੀ ਖੇਡਿਆ ਗਾ ਅਤੇ ਬਥੌਰ ਜਾਫੀ ਕਸ਼ਮੀਰੇ ਨੇ ਵੱਡੇ ਵੱਡੇ ਥੰਮ ਰੋਕੇ ਨੇ। ਇਹ ਦੱਸਣ ਦੀ ਵੀ ਨਹੀਂ ਲੋੜ ਕਿਉਂਕਿ ਲੋਕ ਜਾਣਦੇ ਨੇ। ਹੋ ਸਕਦਾ ਗਾ ਵੀ ਨਵੇਂ ਜੋ ਕਬੱਡੀ ਨੂੰ ਦੇਖਣ ਵਾਲੇ ਦਰਸ਼ਕ ਨੇ ਉਹ ਨਾ ਜਾਣਦੇ ਹੋਣ, ਪਰ ਪੁਰਾਣੇ ਕਸ਼ਮੀਰੇ ਦੀ ਗੇਮ ਨੂੰ ਕਸ਼ਮੀਰੇ ਨੂੰ ਬਖੂਬੀ ਜਾਣਦੇ ਨੇ। ਕਸ਼ਮੀਰਾ ਜੀ ਜੇ ਆਪਾਂ ਗੱਲ ਕਰਦੇ ਹਾਂ ਅੱਜ ਦੇ ਦੌਰ ਦੀ, ਅੱਜ ਦਾ ਦੌਰ ਤੁਸੀਂ ਦੇਖ ਰਹੇ ਹੋ ਕਬੱਡੀ ਦਾ, ਹੈ ਨਾ, ਨੈੱਟ ਦੇ ਉੱਤੇ ਦੇਖ ਰਹੇ ਹੋ, ਯੂਟਿਊਬ ਦੇ ਉੱਤੇ ਮੈਚ ਦੇਖਦੇ ਹੋ, ਅੱਜ ਦੀ ਕਬੱਡੀ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ? ਅੱਜ ਦੀ ਕਬੱਡੀ ਇੱਦਾਂ ਦੀ ਲੱਗਦੀ ਆ ਜਿਵੇਂ ਜਦੋਂ ਜਿਵੇਂ ਹਵਾ ਆਉਂਦੀ ਆ ਕਿਸੇ ਪਾਸੇ ਦੂਏ ਪਾਸੇ ਨੂੰ ਲੰਘ ਜਾਂਦੀ ਆ, ਹੈ ਨਾ ਜੀ। ਅਤੇ ਹੁਣ ਅੱਜ ਵਧੀਆ ਖੇਡਦਾ ਜੀ, ਆ 6 ਮਹੀਨਿਆਂ ਨੂੰ ਉਹਨੇ ਡਾਊਨ ਹੋ ਜਾਣਾ। ਇਹ ਜੀ ਮੇਰਾ ਤਾਂ ਕਹਿਣ ਦਾ ਇਹ ਮਕਸਦ ਆ ਵੀ ਇਹ ਮਿਹਨਤ ਨਹੀਂ ਕਰ ਰਹੇ, ਮਿਹਨਤ ਕਰਨ, ਖੁਰਾਕ ਖਾਣ, ਖੁਰਾਕ ਖਾ ਕੇ ਉਹਦੇ ਨਾਲ ਖੇਡਣ ਜੀ, ਤੜ ਨਾਲ ਖੇਡਣ। ਕਿਸੇ ਦੀ ਕਹਿਣ ਦੀ ਲੋੜ ਹੀ ਨਹੀਂ ਵੀ ਮੈਨੂੰ ਘਲਾ ਲਾ ਜਾਂ ਮੈਨੂੰ ਨਾ ਐਂ ਕਰਦੇ ਜਾਂ ਐਂ ਕਰਦੇ, ਹੈ ਨਾ ਜੀ। ਜੇ ਹੁਣ ਖੁਰਾਕ ਖਾਂਦੇ ਨਹੀਂ, ਆ ਪ੍ਰੋਟੀਨ ਨੇ, ਪ੍ਰੋਟੀਨ ਖਾ ਲਓ, ਹੈ ਨਾ ਜੀ, ਬਸ ਉਹਦੇ ਨਾਲ ਤਕੜੇ ਹੋ ਜਾਂਦੇ ਨੇ। ਪ੍ਰੋਟੀਨ ਜਾਂ ਸੜ ਦਿੰਦੇ ਆ ਫਿਰ ਲਿੱਸੇ ਹੋ ਜਾਂਦੇ ਨੇ। ਕਸ਼ਮੀਰਾ ਜੀ ਤੁਸੀਂ ਕਿਹੋ ਜਿਹੀ ਖੁਰਾਕ ਖਾਂਦੇ ਸੀ, ਤੁਸੀਂ ਲੋਕਾਂ ਨੂੰ ਦੱਸਣਾ ਚਾਹੋਗੇ ਵੀ ਕਸ਼ਮੀਰਾ ਕਿਹੋ ਜਿਹੀ ਖੁਰਾਕ ਖਾਂਦਾ ਸੀ ਅਤੇ ਕਿਹੋ ਜਿਹੀ ਐਕਸਰਸਾਈਜ਼ ਕਰਦਾ ਸੀ? ਮੈਂ ਤਾਂ ਜੀ ਐਕਸਰਸਾਈਜ਼ ਕਰਦਾ ਸੀ ਜੀ, ਗਰਾਊਂਡ ਦੀ ਮਿਹਨਤ ਕਰਦਾ ਸੀ ਜੀ। ਜਿਮ ਜੁੰਮ ਤਾਂ ਮੈਂ ਕਦੇ ਕਰੀ ਨਹੀਂ ਸੀ ਜੀ। ਹਾਂ ਅਤੇ ਗਰਾਊਂਡ ਦੀ ਮਿਹਨਤ ਕਰਦੇ ਜੀ, ਜਿਵੇਂ ਤੜਕੇ ਉੱਠ ਕੇ ਮਿਹਨਤ ਕਰ ਲਈ, ਦਹੀਂ ਦੂਹੀਂ ਪੀ ਲਿਆ ਚੰਗਾ, ਹੈ ਨਾ ਜੀ, ਰੋਟੀ ਰੁਟੀ ਖਾ ਲਈ, ਉਦੋਂ ਬਾਅਦ ਦਲੀਆ ਬਣਾ ਲਿਆ ਜੀ। ਦਲੀਆ ਖਾਣਾ ਜੀ ਜਦੋਂ ਭੁੱਖ ਲੱਗ ਗਈ, ਫਿਰ ਛੋਲੇ ਵਾਲੇ ਪਏ ਹੁੰਦੇ ਸੀ, ਫਿਰ ਉਹਨਾਂ ਨੇ ਅਤੇ ਗਿਰੀਆਂ ਗਿਰੀਆਂ ਵਿੱਚ ਪਾ ਕੇ ਮਿਕਸ ਕਰਕੇ ਜੀ ਫਿਰ ਉਹ ਪੀਣੇ, ਫਿਰ ਗਰਾਊਂਡ 'ਚ ਆਉਣਾ ਜੀ। ਫਿਰ ਜੀ ਪਾਣੀ ਦੀ ਤੇਹ ਲੱਗਦੀ ਹੀ ਨਹੀਂ ਤੀ, ਚਾਹੇ ਘੰਟਾ ਮਿਹਨਤ ਕਰੀ ਜਾ, ਚਾਹੇ ਅੱਧਾ ਘੰਟਾ ਕਰ, ਚਾਹੇ ਘੰਟਾ ਕਰ, ਚਾਹੇ ਡੇਢ ਘੰਟਾ ਕਰ, ਪਾਣੀ ਤਾਂ ਜਮ੍ਹਾਂ ਹੀ ਲੋੜ ਹੀ ਨਹੀਂ ਤੀ ਪੈਂਦੀ, ਹੈ ਨਾ ਜੀ। ਹੁਣ ਪਲੇਅਰ ਨੇ ਜੀ ਪਹਿਲਾਂ ਕੱਪ ਬੱਲੀ ਨੂੰ ਭਾਜਦੇ ਨੇ, ਹੈ ਨਾ ਜੀ, ਠੀਕ ਹੈ ਜੀ। ਕਸ਼ਮੀਰੇ ਬਾਈ ਤੁਸੀਂ ਦੱਸਿਆ ਵੀ ਸੀ ਅਤੇ ਸਾਨੂੰ ਹੋਰ ਵੀ ਬਹੁਤ ਲੋਕਾਂ ਤੋਂ ਪਤਾ ਲੱਗਿਆ ਵੀ ਤੁਸੀਂ ਆਪਣੀ ਜ਼ਿੰਦਗੀ ਦਾ ਜ਼ਿਆਦਾ ਟਾਈਮ, ਜ਼ਿੰਦਗੀ ਤੋਂ ਭਾਵ ਵੀ ਖੇਡ ਦਾ ਜ਼ਿਆਦਾ ਟਾਈਮ ਤੁਸੀਂ ਬਾਈ ਹਰਜੀਤ ਹੋਣਾ ਨਾਲ ਵੀ ਖੇਡੇ ਹੋ, ਉਹਨਾਂ ਦੇ ਨਾਲ ਵੀ ਖੇਡੇ ਹੋ, ਉਹਨਾਂ ਦੇ ਵਿਰੁੱਧ ਵੀ ਖੇਡੇ ਹੋ, ਹੈ ਨਾ। ਉਹ ਕਿੱਦਾਂ ਦਾ ਸਮਾਂ ਸੀ, ਕਿੱਦਾਂ ਦੇ ਉਹ ਇਨਸਾਨ ਸੀ ਜੇ ਆਪਾਂ ਗੱਲ ਕਰੀਏ ਬਾਈ ਹਰਜੀਤ ਬਰਾੜ ਦੀ, ਬਾਈ ਘੋਲੀਏ ਹੋਣਾ ਦੀ, ਬਾਈ ਬਾਜ ਹੋਣਾ ਦੀ, ਉਹ ਕਿੱਦਾਂ ਦੇ ਲੋਕ ਸੀ? ਵਧੀਆ ਜੀ। ਹਰਜੀਤ ਬਾਈ ਤਾਂ ਜਾਣੀ ਕਿ ਇੰਨਾ ਤਿਉਹ ਕਰਦਾ ਸੀ, ਸੀਰਾ ਸੀਰਾ ਮੈਨੂੰ ਕਰੀ ਜਾਂਦਾ ਸੀ। ਕਈ ਵਾਰੀ ਮੈਂ ਮੈਚ ਉਹਨਾਂ 'ਚ ਵੀ ਖੇਡਿਆ ਇੱਕ ਦੋ, ਜਦ ਉਹ ਥੋੜ੍ਹੇ ਜਿਹੇ ਆਪਸ ਵਿੱਚ ਹੀ ਹੋ ਗਏ ਸੀ, ਉਹਨਾਂ ਨੇ ਕਾਲੇ ਹੋਣਾ ਨੇ ਦੂਆਂ ਨੇ ਪੈਪਸੂ ਫਰੀਦਕੋਟ ਬਣਾ ਲਈ ਸੀ ਜੀ। ਇਹ ਹਰਜੀਤ PAP 'ਚ ਸੀਗਾ ਜੀ, ਉੱਥੇ ਇਕੱਠੇ ਖੇਡਦੇ ਸੀ ਜੀ ਅਸੀਂ ਜੀ। ਮੈਨੂੰ ਚੰਨਾ ਸੀ ਆਲਮਗਿਰੀਆ ਜੀ, ਉਹ ਲੈ ਜਾਂਦਾ ਸੀ ਜੀ PAP 'ਚ ਖੇਡਦੇ ਸੀ। ਇੱਕ ਚੌਧਰੀ ਸੀ ਜੀ ਜੀ ਹਰਿਆਣੇ ਦਾ ਜੀ ਜੀ ਪੱਪੂ, ਉਹ ਵੀ ਬਹੁਤ ਤਕੜਾ ਰੇਡਰ ਸੀ।
ਹਰਜੀਤ ਨਾਲ ਜੀ ਬਹੁਤ ਵਧੀਆ ਰੇਸ ਰਿਹਾ, ਹਰਜੀਤ ਦਾ ਤਾਂ ਖੇਡਣਾ ਮੁਸ਼ਕਲ ਆ ਜੀ, ਉਹੋ ਜਿਹਾ ਬਣਨਾ ਹੀ ਮੁਸ਼ਕਲ ਆ ਹਰਜੀਤ ਵਰਗਾ, ਜਿੰਨੀ ਬੰਦੇ 'ਚ ਪਾਵਰ ਹੈ ਨਾ ਜੀ, ਇੰਨਾ ਖੇਡਣਾ, ਹਸੂ ਹਸੂ ਕਰਨਾ ਹਰ ਟਾਈਮ, ਉਹਨਾਂ ਜੀ ਤਾਂ ਜੀ ਖੁਰਾਕ ਦੇ ਸਿਰ 'ਤੇ ਹੀ ਸੀ ਖੇਡਣਾ ਉਹਨਾਂ ਨੇ, ਹੈ ਨਾ ਜੀ। ਜਦੋਂ ਕਿਤੇ ਇਕੱਠੇ ਹੋ ਜਾਣਾ ਉਹਨੇ ਕੌਲਾ ਭਰ ਲੈਣਾ ਉਹਦਾ ਪਨੀਰ ਦਾ ਵਿਆਹ ਸ਼ਾਦੀ 'ਚ, ਉਹ ਕੌਲਾ ਹੀ ਪੀ ਜਾਂਦਾ ਸੀ, ਹੈ ਜੀ। ਇਹੋ ਜਿਹੀਆਂ ਖੁਰਾਕਾਂ 'ਤੇ ਜੀ ਉਹਨਾਂ ਦਾ ਖੇਡਣਾ, ਜਿਵੇਂ ਹੁਣ ਗਾਗੋ ਹੋਇਆ, ਗਾਗੋ ਵਧੀਆ ਹੋਇਆ ਜੀ ਰੇਡਰ, ਹੈ ਨਾ ਜੀ। ਫਿਰ ਬੈਲੀ ਦੀ ਚੂੜ ਚੱਕੀ ਆ ਬਹੁਤ ਵਧੀਆ ਸੀ, ਉਹ ਵੀ ਹਰਜੀਤ ਉਹਨਾਂ ਦੇ ਨਾਲ ਹੀ ਖੇਡਦਾ ਸੀ। ਅਤੇ ਜਾਫੀ ਭੀਮਾ ਸੀ ਦੀਨੇ ਵਾਲਾ, ਕਾਲਾ ਤੀ ਗਾਜੀਆਂ ਵਾਲਾ, ਰਾਜਾ ਤੀ ਘੋਲੀਆ ਦੀ ਗਿੱਲਾ, ਹੈ ਜੀ। ਇਹ ਵਧੀਆ ਟੀਮ ਸੀ ਜੀ ਇਹਨਾਂ ਦੀ ਪੂਰੀ ਤਕੜੀ। ਸਾਡੀ ਇੱਧਰ ਬਿਜਲੀ ਬੋਰਡ 'ਚ ਖੇਡਦੇ ਸੀ, ਮੈਂ ਸੀ ਜੀ, ਕਿਰਪਾਲ ਘੋਲ ਸੀ, ਹੈ ਨਾ ਜੀ। ਇੱਕ ਜੀ ਬੰਦੇ ਜਾਣਦੇ ਨਹੀਂ ਹੈਗੇ, ਕੋਈ ਬੰਦਾ ਨਵਾਂ ਤਾਂ ਜਾਣਦਾ ਹੀ ਨਹੀਂ ਹੋਣਾ, ਕੋਲਡ ਵਾਲਾ ਫੌਜੀ ਹੁੰਦਾ ਸੀ, ਹੈ ਨਾ ਜੀ, ਕਨੇਡਾ ਜਾਂ ਹੁਣ ਉਹ, ਉਹਨੇ ਜਾਣੀ ਕਿ ਹੁਣ ਤਾਂ ਬੰਦਾ ਕਹਿੰਦਾ ਵੀ ਅੱਜ ਉਹ ਬੰਦੇ ਨੇ ਇੰਨੇ ਬੰਦੇ ਫੜ ਲਏ, ਉਹ ਰੋਜ਼ ਹੀ ਉਨੇ ਬੰਦੇ ਫੜੀ ਜਾਂਦਾ ਸੀ, ਥੱਕਦਾ ਹੀ ਨਹੀਂ ਸੀ ਬੰਦਾ, ਹੈ ਨਾ ਜੀ। ਜਦੋਂ ਕਿੱਥੇ ਦੀ ਪ੍ਰੋਟੀਨ, ਹੈ ਨਾ ਜੀ, ਖੁਰਾਕ ਦੇ ਸਿਰ 'ਤੇ ਹੀ ਖੇਡਦਾ ਸੀ ਉਹ, ਹੈ ਨਾ ਜੀ। ਫਿਰ ਅਸੀਂ ਸਾਡੇ 'ਚ ਰੇਡਰ ਸੀਗੇ ਜੀ, ਘੋਲ ਸੀਗਾ, ਬਲਵੀਰ ਬਿੱਟੂ ਤੀ, ਅੰਗਰੇਜ਼ ਤੀ, ਭੀਮਾ ਤੀ, ਭਿੰਦਰ ਤੀ, ਨਵੇਂ ਪਿੰਡੀਆ, ਹੈ ਨਾ ਜੀ। ਵਧੀਆ ਤਕੜੇ ਸਾਰੇ ਮੱਲ ਤੀ ਜੀ। ਹੁਣ ਦੇਖ ਲਓ ਤੁਸੀਂ ਇਹ ਮੱਲਾਂ ਵੱਲ ਦੇਖ ਕੇ, ਤੁਸੀਂ ਇਹਨਾਂ 'ਚ ਕਢਾ ਲਿਓ, ਉਹਨਾਂ ਨੂੰ ਕਢਾ ਕੇ ਦੇਖ ਲਿਓ ਕਿੰਨਾ ਫਰਕ ਆ, ਹੈ ਨਾ ਜੀ। ਕਸ਼ਮੀਰਾ ਜੀ, ਸਾਡੇ ਸੁਣ 'ਚ ਇਹ ਵੀ ਆਇਆ, ਜਦੋਂ ਹਰਜੀਤ ਬਰਾੜ ਦੀ ਬਾਈ ਦੀ ਬੇਵਕਤੀ ਮੌਤ ਹੁੰਦੀ ਹੈ, ਤੁਸੀਂ ਇੱਕ ਦੋ ਦਿਨ ਬਹੁਤ ਜ਼ਿਆਦਾ ਰੋਏ। ਹਾਂ ਜੀ, ਗੱਲ ਕਰੀ ਤਾਂ ਜੀ ਹੁਣ ਵੀ ਰੋਣਾ ਅੰਦਰੋਂ ਮਨ ਭਰਿਆ ਆ, ਹੈ ਨਾ ਜੀ। ਜਦੋਂ ਅਸੀਂ ਉਹਦੀ ਖਬਰ ਸੁਣੀ, ਜਾਣੀ ਕਿ ਮਨ ਉਦਾਸ ਹੋ ਗਿਆ ਬਹੁਤ ਜ਼ਿਆਦਾ, ਹੈ ਨਾ ਜੀ। ਮੇਰੇ ਕਈ ਚਲੋ ਪ੍ਰੇਮੀ ਸੀਗੇ ਸਾਡੇ, ਉਹ ਮੈਨੂੰ ਕਹਿੰਦੇ ਵੀ ਸਾਡੀ ਮੌਤ ਹੋ ਜਾਂਦੀ ਵੀ ਹਰਜੀਤ ਦੀ ਨਾ ਹੁੰਦੀ। ਇਹ ਅਸੀਂ ਸਮਝ ਸਕਦੇ ਹਾਂ ਕਸ਼ਮੀਰਾ ਜੀ। ਮੈਂ ਇੱਥੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੂੰਗਾ, ਕਬੱਡੀ ਦੇ ਸਰੋਤਿਆਂ ਨੂੰ, ਵੀ ਇੱਕ ਖਿਡਾਰੀ ਦੇ ਤੌਰ 'ਤੇ ਆਹ ਹੁੰਦੀ ਆ ਇੱਜ਼ਤ ਜੋ ਹਰਜੀਤ ਬਰਾੜ ਨੇ ਕਮਾਈ, ਅਤੇ ਆਹ ਹੁੰਦੀ ਆ ਜਾਰੀ ਜੋ ਹਰਜੀਤ ਬਰਾੜ ਬਾਜਾ ਖਾਨਾ ਨੇ ਕਮਾਈ। ਹੁਣ ਵੀ ਖੇਡ ਮੈਦਾਨਾਂ ਦੇ ਵਿੱਚ ਉਸ ਦਾ ਨਾਮ ਲਿਆ ਜਾਂਦਾ ਗਾ, ਪਰ ਬਾਈ ਨੇ ਸਾਨੂੰ ਆਫ ਰਿਕਾਰਡ ਦੱਸਿਆ ਵੀ ਉਸ ਦਾ ਨਾਮ ਉਨਾਂ ਨਹੀਂ ਲਿਆ ਜਾਂਦਾ ਜਿੰਨਾ ਲੈਣਾ ਚਾਹੀਦਾ। ਬਾਈ ਜੀ, ਉਹ ਕਿਵੇਂ ਤੁਸੀਂ ਦੇਖਦੇ ਹੋ ਗੱਲ ਨੂੰ? ਉਹ ਦੇਖਦੇ ਹਾਂ ਜੀ, ਜਦੋਂ ਸ਼ੁਰੂ ਦੇ ਵਿੱਚ ਹਰਜੀਤ ਦੀ ਮੌਤ ਹੋਈ ਹੈ ਜੀ, ਜਦੋਂ ਉਹਦੇ ਨਾਂ 'ਤੇ ਕੱਪ ਵੀ ਹੁੰਦੇ ਸੀ, ਲੋਕ ਉਹਦਾ ਨਾਂ ਲੈਂਦੇ ਸੀ, ਬਹੁਤ ਜ਼ਿਆਦਾ ਨਾਂ ਲੈਂਦੇ ਸੀ ਜੀ। ਹੁਣ ਜੀ ਜੇ ਕਿਤੇ ਮੇਲੇ 'ਤੇ ਚਲੇ ਜਾਈਦਾ, ਕੋਈ ਨਾਂ ਵੀ ਨਹੀਂ ਲੈਂਦਾ ਉਹਦਾ ਵੀ ਹਰਜੀਤ ਕੌਣ ਹੁੰਦਾ ਸੀ, ਵੀ ਕੌਣ ਤੀ ਹਰਜੀਤ ਬਰਾੜ, ਹੈ ਨਾ ਜੀ। ਪਰ ਉਹ ਇੱਕ ਇਹੋ ਜਿਹਾ ਮੱਲ ਤੀ, ਪਰ ਉਹਦੇ ਵਰਗਾ ਨਾ ਹੋਣਾ ਨਾ ਹੋਵਿਆ, ਹੈ ਨਾ ਜੀ। ਬਹੁਤਾ ਵਧੀਆ ਤਕੜਾ ਮੱਲ ਸੀ, ਹੈ ਨਾ ਜੀ। ਅਤੇ ਇਹੋ ਜਿਹੀਆਂ ਗੱਲਾਂ ਨੇ ਜੀ, ਹੁਣ ਤਾਂ ਜਿਹੜਾ ਅੱਜ ਵਧੀਆ ਖੇਡ ਗਿਆ ਉਹਦਾ ਨਾਂ ਲੈ ਲੈਣਾ, ਕੱਲ੍ਹ ਨੂੰ ਉਹਦਾ ਭੁੱਲ ਜਾਣਾ। ਜਿਵੇਂ ਜੀ ਉਹ ਆ ਗਾਣਾ ਨਵੇਂ ਤੋਂ ਨਵਾਂ ਆ ਜਾਂਦਾ, ਉਹਨੂੰ ਮਹੀਨਾ ਨਹੀਂ ਚੱਲਦਾ, ਉਹ ਫੇਲ ਹੋ ਜਾਂਦਾ, ਹੈ ਨਾ ਜੀ, ਠੀਕ ਨਹੀਂ ਜੀ। ਅਤੇ ਉਕਣੀ ਫਿਰ ਖਿਡਾਰੀਆਂ ਦਾ ਕੰਮ ਹੋਈ ਜਾਂਦਾ, ਹੈ ਨਾ ਜੀ। ਸਾਲ ਖੇਡ ਲਿਆ, ਦੋ ਸਾਲ ਖੇਡ ਲਿਆ, ਉਦੋਂ ਬਾਅਦ ਬਸ, ਹੈ ਨਾ ਜੀ। ਜੇ ਹੁਣ ਇਹ ਖੁਰਾਕ ਖਾਣ, ਮਿਹਨਤ ਦੇ ਸਿਰ 'ਤੇ ਖੇਡਣ, ਕਿਸੇ ਬੰਦੇ ਤੋਂ ਸੇਧ ਲੈਣ, ਹੈ ਨਾ ਜੀ,
ਹੁਣ ਪਹਿਲੀ ਗੱਲ ਤਾਂ ਜੀ, ਜਦੋਂ ਮੈਚ ਹੁੰਦੇ ਨੇ 12-2-1 ਵੱਜ ਜਾਂਦਾ, ਖਿਡਾਰੀ ਵੀ ਕੀ ਕਰਨ, ਖਿਡਾਰੀ ਕਦੋਂ ਘਰ ਆਊ, ਕਦੋਂ ਉਹ ਆਪਦਾ ਰੋਟੀ ਪਾਣੀ ਵਧੀਆ ਖਾ ਸਕਦਾ, ਹੈ ਨਾ ਜੀ। ਜਦੋਂ ਹੁਣ 2-3 ਵਜੇ ਆਊ ਉਹ ਗੱਡੀ 'ਚ ਅੱਧ ਵਿਚਾਲਾ ਜਿਹਾ ਹੋ ਜਾਂਦਾ, ਨਾ ਨੀਂਦਾ ਨਾ ਸੁੱਤਾ, ਤੜਕੇ ਨੂੰ ਫਿਰ ਉਹਨੇ ਖੇਡਣਾ, ਹੈ ਨਾ ਜੀ। ਅਤੇ ਅੱਗੇ ਮੈਚ ਹੁੰਦੇ ਸੀ ਅਸੀਂ 6-7 ਵਜੇ ਨੂੰ ਵਿਹਲੀ ਹੋ ਜਾਣਾ, ਹੈ ਨਾ ਜੀ, ਵਿਹਲੀ ਹੋ ਜਾਣਾ ਆਪਦਾ ਘਰ ਆਉਣਾ, 8-9 ਵਜੇ ਚਲੋ ਆ ਜਾਂਦੇ ਸੀ ਟਾਈਮ ਨਾਲ ਘਰ ਵੜਨਾ। ਜਦੋਂ ਘਰ ਵੜਨਾ ਫਿਰ ਰੋਟੀ ਪਾਣੀ ਘਿਓ ਘਿਉ ਪਾ ਕੇ ਵਧੀਆ ਖਾਣਾ, ਦੁੱਧ ਪੀਣਾ, ਹੈ ਨਾ ਜੀ, ਅਤੇ ਵਧੀਆ ਨੇਚਰ ਲੈਣੀ ਤੜਕੇ ਨੂੰ। ਜਦੋਂ ਮਾਲਸ ਮੂਲਸ ਕਰਨੀ ਸਰੀਰ ਦੀ, ਸਰੀਰ ਤਾਂ ਟੁੱਟ ਜਾਂਦਾ ਜੀ। ਮੈਚ ਤਾਂ ਹੁਣ ਇਹ ਕਹਿੰਦੇ ਆ ਖਿਡਾਰੀ ਵੀ ਅਸੀਂ ਰੋਜ਼ ਖੇਡਦੇ ਹਾਂ ਬਾਈ ਜੀ, ਉਹਨਾਂ ਦੀ ਮੈਂ ਕਈਆਂ ਦੀ ਆ ਸੁਣੀ ਸੀ ਵੀਡੀਓ ਆਹ, ਹੈ ਨਾ ਜੀ। ਅਤੇ ਮੈਚ ਤਾਂ ਅੱਗੇ ਵੀ ਰੋਜ਼ ਖੇਡਦੇ ਸੀ ਜੀ, ਅਸੀਂ ਮਹੀਨਾ ਮਹੀਨਾ ਕਦੇ ਨਾਗਾ ਨਹੀਂ ਤੀ ਪਾਉਂਦੇ, ਹੈ ਨਾ ਜੀ। ਜਦੋਂ ਸਰੀਰ ਨੇ ਘਰ ਆਉਣਾ, ਐਂ ਲੱਗਣਾ ਵੀ ਤੜਕੇ ਨੂੰ ਖੇਡਣਾ ਨਹੀਂ ਯਾਰ, ਜਮ੍ਹਾਂ ਹੀ ਖਤਮ ਆ। ਤੜਕੇ ਉੱਠਣਾ, ਧੁੱਪੇ ਖੜ੍ਹਨਾ, ਮਾਲਸ ਕਰਨੀ ਤੇਲ ਦੇ ਨਾਲ, ਫਿਰ ਸਰੀਰ ਨੇ ਜੀ ਉਹੋ ਜਿਹੇ ਦਾ ਉਹੋ ਜਿਹਾ ਹੋ ਜਾਣਾ, ਹੈ ਜੀ। ਸਰੀਰ ਤਾਂ ਜਦੋਂ ਹੁਣ ਕਹਿੰਦੇ ਜੀ ਮਰਦ ਅਤੇ ਘੋੜਾ ਕਦੇ ਬੁੜੇ ਨਹੀਂ ਹੁੰਦੇ, ਹੈ ਨਾ ਜੀ। ਇਹ ਤਾਂ ਸੇਧ ਲੈਣੀ ਚਾਹੀਦੀ ਹੈ ਜੀ ਕਿਸੇ ਤੋਂ, ਆਪਾਂ ਤਾਂ ਇਹੀ ਕਹਿੰਦੇ ਹਾਂ ਜੀ ਨਵੀਂ ਪੀੜ੍ਹੀ ਨੂੰ, ਪਰ ਇਹ ਕੰਮ ਨਾ ਕਰਨ, ਆਪਾਂ ਇਹ ਕੰਮ ਤੋਂ ਹੋਵਾਂ ਜੀ, ਹੈ ਨਾ ਜੀ। ਦੇਖੋ ਨਾ ਤਾਂ ਕਦੇ ਮੈਂ ਪਰੂਫ ਨਹੀਂ ਖਾਂਦਾ ਕੋਈ ਦੇਖਿਆ ਜੀ ਸਾਡੇ 'ਚੋਂ ਬਿਜਲੀ ਬੋਰਡ ਇੰਨੇ ਤਕੜੇ ਮੱਲ ਤੀ, ਇਹਨਾਂ ਨੇ ਜੇ ਚਾਹ ਨੂੰ ਵੀ ਕਹਿਣਾ ਚਾਹ ਵੀ ਨਹੀਂ ਪੀਂਦੇ ਸੀ, ਕਹਿੰਦੇ ਜੀ ਛੱਡੋ ਪਰੇ ਚੱਲ, ਹੈ ਨਾ ਜੀ। ਅਤੇ ਵੀ ਹੁਣ ਤਾਂ ਅਸੀਂ ਗੱਡੀ 'ਚ ਬੈਠੇ ਰਹਿਣਾ, ਜਦੋਂ ਮੈਚ ਬੋਲਣਾ, ਜਦੋਂ ਲੀੜੇ ਲਾਉਣੇ। ਹੁਣ ਖਿਡਾਰੀ ਖੇਡਾਂ 'ਤੇ ਜਾਂਦੇ ਨੇ ਨੀਕਰਾਂ ਕੱਛੇ ਪਹਿਲਾਂ ਹੀ ਲਾਹ ਆਉਂਦੇ ਨੇ, ਟੇਪੀਆਂ ਲਾਹ ਗੋਡਿਆਂ 'ਤੇ, ਗਿੱਟਿਆਂ 'ਤੇ, ਮੋਢਿਆਂ 'ਤੇ, ਹੈ ਜੀ। ਕਸ਼ਮੀਰਾ ਜੀ, ਮੈਂ ਤੁਹਾਡੀ ਗੱਲ ਨੂੰ ਵਿੱਚ ਰੋਕ ਦਾਂਗਾ। ਮੈਂ ਤੁਹਾਨੂੰ ਇੱਕ ਉਹ ਗੱਲ ਪੁੱਛਣੀ ਚਾਹੂੰਗਾ, ਕੋਈ ਇਹੋ ਜਿਹੀ ਯਾਦ ਹਰਜੀਤ ਬਾਈ ਦੇ ਨਾਲ ਤੁਹਾਡੀ ਜੁੜੀ ਹੋਵੇ, ਜਾਂ ਤੁਹਾਨੂੰ ਹਰਜੀਤ ਬਾਈ ਨੇ ਕੁਛ ਸਪੈਸ਼ਲ ਕਿਹਾ ਹੋਵੇ, ਜਾਂ ਕੋਈ ਚੀਜ਼ ਹੋਵੇ ਜਿਹੜੀ ਤੁਹਾਡੇ ਹਰੇ ਵੀ ਸੁੱਤੇ ਪਿਆਂ ਦੇ ਜਾਂ ਸੁਭਾਵਿਕ ਯਾਦ ਆ ਜਾਂਦੀ ਹੈ? ਹਾਂਜੀ, ਉਹ ਜੀ ਅਸੀਂ ਦੇਤੂ ਪ੍ਰੋਜੈਕਟਾਂ ਮੈਚ ਖੇਡੇ ਤੀ ਜੀ। ਜੀ ਹਾਂਜੀ, ਮੈਂ ਹਰਜੀਤ ਵੱਲੋਂ ਖੇਡਿਆ ਤੀ ਜੀ। ਜੀ ਜੀ ਹਾਂਜੀ, ਇਹ ਕਾਲੇ ਹੁਣੀ ਦੂਏ ਪਾਸੇ ਜੀ ਪੈਸੂ ਫਰੀਦਕੋਟ, ਅਸੀਂ PAP ਉਹਦੇ 'ਚ ਡਿੱਗੇ ਜੀ, ਹਰਜੀਤ ਉਹ 'ਚ ਨੌਕਰੀ ਕਰਦਾ ਸੀ। ਅਤੇ ਉੱਥੇ ਮੈਨੂੰ ਜੀ ਕਹਿੰਦਾ ਸੀ ਉਹ, ਜਦ ਇਹ ਪਹਿਲੀ ਵਾਰੀ ਉਹ ਨੇ ਮੈਨੂੰ ਕਹਿੰਦਾ ਸੀਰੇ ਤੂੰ ਮੋਗੇ ਆ ਜਾ ਮੇਰੇ ਕੋਲ, ਹੈ ਨਾ ਜੀ। ਜਦੋਂ ਉਹ ਗੱਲਾਂ ਚੇਤੇ ਆਉਂਦੀਆਂ ਫਿਰ ਮਨ ਬਹੁਤ ਭਰਦਾ, ਹੈ ਨਾ ਜੀ। ਬਈ ਐਂ ਸੀ ਬਈ ਜੇ ਹਰਜੀਤ ਜਿਉਂਦਾ ਹੁੰਦਾ ਪਤਾ ਨਹੀਂ ਕਿੰਨਿਆਂ ਕਦਾ ਭਲਾ ਕਰਦਾ, ਹੈ ਨਾ ਜੀ। ਅਤੇ ਵਧੀਆ ਮੈਚ ਖੇਡੇ ਜੀ ਅਸੀਂ, ਤਕੜਾ ਮੈਚ ਖੇਡੇ। ਅਤੇ ਮੈਂ ਗਾਗੋ ਫੜਿਆ, ਫਿਰ ਰਾਜਾ ਫੜਿਆ, ਹੈ ਨਾ ਜੀ, ਵਧੀਆ ਤਕੜੇ ਮੱਲ ਤੀ ਜੀ ਇਹ। ਅਸੀਂ ਬਹੁਤ ਤਕੜਾ ਮੈਚ ਕਹਿੰਦੇ ਹਰਜੀਤ ਨਾਲ ਜੀ, ਇੰਨਾ ਪਿਆਰ ਸੀਗਾ ਜਦੋਂ, ਕਈ ਵਾਰੀ ਹੁਣ ਚੇਤੇ ਆ ਜਾਂਦਾ ਮਨ ਭਰ ਜਾਂਦਾ, ਹੈ ਨਾ ਜੀ। ਅਤੇ ਐਂ ਆ ਜੀ ਬੰਦੇ ਦੀ ਉਹਦੀ ਨੇਚਰ ਹੀ ਵਧੀਆ ਜੀ, ਬੁਲਾਉਣਾ ਉਹਨੇ ਸੀਰਾ ਕਹਿ ਕੇ ਬੁਲਾਉਣਾ ਸੀਰੇ, ਹੋਰ ਕਿਵੇਂ ਆ, ਹੈ ਨਾ ਜੀ। ਇਹੋ ਜਿਹੀਆਂ ਗੱਲਾਂ ਨੇ ਜੀ ਵੀ ਹੁਣ ਕੋਈ ਉਹਨੂੰ ਚੇਤੇ ਨਹੀਂ ਕਰਦਾ, ਕੋਈ ਉਹਦਾ ਨਾਂ ਨਹੀਂ ਲੈਂਦਾ, ਹੈ ਨਾ ਜੀ। ਗਰਾਊਂਡਾਂ ਦੇ ਵਿੱਚ ਅਨਾਊਂਸਰ ਬੋਲੀ ਜਾਂਦੇ ਆ, ਕੋਈ ਚੇਅਰਮੈਨ ਆ ਗਿਆ, ਕੋਈ ਆ ਪਿੰਡ ਦਾ ਆ ਗਿਆ, ਕੋਈ ਉਹ ਆ ਗਿਆ ਜੀ, ਐਂ ਬੋਲੀ ਜਾਂਦੇ ਆ, ਹੈ ਨਾ ਜੀ। ਕੋਈ ਨਾਂ ਲਓ ਇਹੋ ਜਿਹੀ ਚੀਜ਼ ਦਾ ਸਿੱਖ ਦਾ, ਜਿਹੜਾ ਕਿਸੇ ਨੂੰ ਕੋਈ ਕਿਤੋਂ ਪਾਸਿਓਂ ਸੋਧ ਮਿਲੇ ਵੀ ਐਂ ਹੋਵੇ ਵੀ ਹਾਂ ਵੀ ਉਹ ਬੰਦਾ ਤਕੜਾ ਦੀ ਵੀ ਉਹਦੀ ਆਪਾਂ ਰੀਸ ਕਰੀਏ, ਹੈ ਨਾ ਜੀ। ਹੈ ਜੀ ਕਸ਼ਮੀਰੇ ਭਾਈ, ਜਿਹੜੀ ਅੱਜ ਤੁਸੀਂ ਇਹ ਦੇਖ ਰਹੇ ਹੋ ਕਬੱਡੀ, ਹੈ ਨਾ, ਤੁਸੀਂ ਪੱਟੀਆਂ ਦੀ ਗੱਲ ਕਰੀ ਆ, ਹੈ ਨਾ, ਤੁਸੀਂ ਗੱਲ ਕਰੀ ਆ ਪ੍ਰੋਟੀਨ ਦੀ ਗੱਲ ਕਰੀ ਆ, ਹੈ ਨਾ, ਤੁਹਾਨੂੰ ਇਹ ਲੱਗਦਾ ਵੀ ਇਹ ਸਿਰਫ ਦਿਖਾਵਾ ਗਾ
ਕਿ ਇਹ ਅੱਜ ਕੱਲ੍ਹ ਵੀ ਕੋਈ ਫੈਸ਼ਨ ਜਿਹਾ ਬਣ ਗਿਆ ਜਾਂ ਅਸਲੀਅਤ ਦੇ ਵਿੱਚ ਵੀ ਲੋੜ ਪੈਂਦੀ ਹੈ ਇਹ ਚੀਜ਼ਾਂ ਦੀ, ਵੀ ਖਿਡਾਰੀ ਇੱਦਾਂ ਨਹੀਂ ਵੀ ਪੈਂਦੀ ਹੈ ਲੋੜ? ਲੋੜ ਤਾਂ ਜੀ ਫੈਸ਼ਨ ਤਾਂ ਜੀ ਬਣ ਹੀ ਗਿਆ, ਤਕਰੀਬਨ ਲਾ ਲਓ ਤੁਸੀਂ ਫੈਸ਼ਨ ਹੀ ਲਾ ਲਓ। ਫੈਸ਼ਨ ਇਉਂ ਬਣ ਗਿਆ ਜੀ, ਜੇ ਹੁਣ ਮੈਂ ਖਾਂਦਾ, ਮੈਨੂੰ ਜੇ ਚਾਰ ਜਣੇ ਨੇ ਦੇਖ ਲਿਆ ਕਹਿਣਗੇ ਸਾਡਾ ਪ੍ਰੋਟੀਨ ਖਾਂਦਾ, ਮੈਂ ਵੀ ਖਾ ਲਾ, ਮੈਂ ਤਕੜਾ ਹੋ ਜੂੰ ਉੱਕਣੀ ਖਾ ਕੇ, ਹੈ ਨਾ ਜੀ। ਫੈਸ਼ਨ ਤਾਂ ਬਈ ਇਹ ਗੱਲ ਹੈ। ਦੂਜੀ ਜੀ ਗੱਲ ਰਹੀ ਇਹ, ਜਿਵੇਂ ਤੁਸੀਂ ਕਹਿੰਦੇ ਹੋ ਵੀ ਪ੍ਰੋਟੀਨ ਮੇਨ ਹੋ ਗਿਆ, ਵੀ ਖਾਧੇ ਬਿਨਾਂ ਸਰਦਾ ਨਹੀਂ। ਚਲੋ ਜੀ, ਜਿਹੜੇ ਪ੍ਰੋਟੀਨ ਨੇ ਉਹ ਕਹਿੰਦੇ ਆ ਵੀ ਇੱਕ ਚਮਚੇ 'ਚ 2.5 ਕਿਲੋ ਜਿੰਨੀ ਦੁੱਧ ਜਿੰਨੀ ਤਾਕਤ ਹੈ, ਵੀ ਜੇ 2.5 ਕਿਲੋ ਦੁੱਧ ਪੀਵਾਂਗੇ ਉਹ ਕਦੋਂ ਪੀਤਾ ਜਾਊ, ਹੈ ਨਾ ਜੀ। ਜਿਹੜਾ ਪ੍ਰੋਟੀਨ ਆ ਜੀ, ਉਹ ਪ੍ਰੋਟੀਨ ਖਾ ਲੈਣ ਪਰ ਹੋਰ ਕੋਈ ਕੰਮ ਨਾ ਨਾ ਕਰਨ, ਪ੍ਰੋਟੀਨ ਦਾ ਤਾਂ ਕੋਈ ਨੁਕਸਾਨ ਨਹੀਂ, ਹੈ ਨਾ ਜੀ। ਖਿਡਾਰੀ ਖਾਣ ਪ੍ਰੋਟੀਨ, ਖੁਰਾਕ ਵੀ ਖਾਣ ਕਨਾ, ਹੈ ਜੀ। ਜਿਵੇਂ ਹੁਣ ਦੇਖੋ ਆਂਡਾ ਮੀਟ ਹੋ ਗਿਆ, ਦੁੱਧ ਹੋ ਗਿਆ, ਛੋਲੇ ਖਾ ਲਏ, ਗਿਰੀਆਂ ਪੀ ਲੀਆਂ, ਹੈ ਨਾ ਜੀ। ਇਹੋ ਜਿਹਾ ਵੀ ਖੁਰਾਕ ਨਾਲ ਖਾਣੀ ਚਾਹੀਦੀ ਹੈ ਜੀ, ਹੈ ਨਾ ਜੀ। ਜੇ ਹੁਣ ਨਿਰਾ ਪੂਰਾ ਪ੍ਰੋਟੀਨ ਪ੍ਰੋਟੀਨ ਤਾਂ ਨਹੀਂ ਘਲਾਉਣ ਲੱਗਿਆ, ਉਹਦੇ ਨਾਲ ਤਾਂ ਬੰਦਾ 2 ਸਾਲ ਹੀ ਖੇਡੂ, ਹੈ ਨਾ ਜੀ। ਫਿਰ ਉਦੋਂ ਬਾਅਦ ਬਸ ਫਿਰ ਕਸ਼ਮੀਰਾ ਜੀ, ਇੱਕ ਤੁਸੀਂ ਮੈਨੂੰ ਉਹ ਗੱਲ ਵੀ ਜ਼ਰੂਰ ਦੱਸਣੀ ਆ, ਜਿਸ ਦਿਨ ਤੁਸੀਂ ਸੱਭੇ ਗੁਰਦਾਸਪੁਰ ਗੇ ਨੂੰ ਜੱਫਾ ਲਾਇਆ ਸੀ, ਉਹ ਕਿੱਦਾਂ ਦਾ ਦਿਨ ਸੀਗਾ ਅਤੇ ਜਦੋਂ ਜੱਫਾ ਲਾ ਕੇ ਫਿਰ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ? ਮੈਂ ਜੀ ਇਹੀ ਗਰਾਊਂਡ ਦੇ ਵਿੱਚ, ਮਲੌਦ ਰੋੜੀਆਂ ਗਰਾਊਂਡ ਦੇ ਵਿੱਚ ਖੇਡ ਰਿਹਾ ਸੀ ਜੀ। ਮੈਂ ਬਿਜਲੀ ਬੋਰਡ 'ਚ ਖੇਡਦਾ ਸੀ ਜੀ ਜੀ। ਮੇਰੇ ਨਾਂ ਜਗਤਾਰ ਧਨੌਲਾ ਜਾਫੀ ਸੀ ਇੱਕ ਜੀ, ਅਤੇ ਇੱਧਰੋਂ ਬਲਬੀਰ ਬਿੱਟੂ ਹੋਣੀ ਜੀ, ਠੀਕ ਹੈ, ਰੇਡਰ ਜੀ ਜੀ। ਸਾਡਾ ਗੁਰਦਾਸਪੁਰ ਨਾਲ ਮੈਚ ਸੀ ਜੀ ਜੀ, ਅਤੇ ਇੱਕ ਪੱਪੂ ਹੁੰਦਾ ਜੀ ਉਹਦੇ ਨਾਲ ਰੇਡਰ ਜੀ, ਪੱਪੂ ਵੀ ਫੜਿਆ ਜੀ ਮੈਂ ਫਿਰ ਜੀ। ਚਲੋ ਉਹਨੂੰ ਤਾਂ ਮਾਰ ਫੜ ਲੈਂਦਾ ਸੀ ਜੀ। ਫਿਰ ਜੀ ਜਦੋਂ ਕੁਦਰਤ ਰੱਬ ਦੀ, ਉਹਨਾਂ ਨੂੰ ਪਤਾ ਨਹੀਂ ਸੀ ਵੀ ਨਵਾਂ ਮੁੰਡਾ ਇਹ ਵੀ ਪਤਾ ਨਹੀਂ ਕੀ ਕਰੂ ਕੀ ਨਹੀਂ ਕਰੂ, ਹੈ ਨਾ ਜੀ। ਜਦੋਂ ਉਹ ਜਗਤਾਰ ਕਿੰਨੀ ਨੂੰ ਆਇਆ, ਕੁਦਰਤ ਰੱਬ ਦੀ ਪਤਾ ਨਹੀਂ ਕੀ ਦੇਣ ਸੀ ਜੀ ਉਹਦੇ, ਜਦੋਂ ਮੈਂ ਮਾਰੀ ਉਹਦੇ ਮੇਰੀ ਖੁੱਚ ਹੱਥ 'ਚ ਆ ਗਈ ਜੀ, ਹੈ ਨਾ ਜੀ। ਉਹਨੇ 2 ਝੜਕੇ ਮਾਰੇ, ਮੈਨੂੰ ਵੀ ਸੁਣਿਆ ਵੀ ਉਹਦੇ ਕੜਕ ਦੇ ਕੇ ਹੋਇਆ ਕੁਛ ਜੀ। ਉਦੋਂ ਬੰਦੇ ਨੇ ਸਾਹ ਤੋੜਤੇ ਜੀ, ਜਦੋਂ 30 ਸਕਿੰਟ ਤਾਂ ਹੈ ਨਹੀਂ ਸੀ ਜੀ, ਹੈ ਨਾ ਜੀ। ਅਤੇ ਆਹ ਹੀ ਗਰਾਊਂਡ ਦੇ ਵਿੱਚ ਮੈਂ ਫੜਿਆ ਜੀ ਸੱਭਾ, ਹਾਂਜੀ। ਰੇਡਰ ਤਾਂ ਜੀ ਮੈਂ ਬਹੁਤ ਤਕੜੇ ਤਕੜੇ ਫੜਿਆ, ਹਾਂ। ਅੱਜ ਫਿਰ ਜਿਹੜੇ ਖਿਡਾਰੀ ਤੁਹਾਡੇ ਨਾਲ ਖੇਡਦੇ ਹੁੰਦੇ ਸੀ, ਤੁਸੀਂ ਪੁਰਾਣੇ ਖਿਡਾਰੀਆਂ ਦੀ ਗੱਲ ਕਰੀ ਆ, ਬਾਈ ਹਰਜੀਤ ਦੀ ਟੀਮ ਦੀ ਗੱਲ ਕਰੀ ਆ, ਜਿਹੜੇ ਉਹਨਾਂ ਦੇ ਸਾਥੀ ਸੀ, ਤੁਸੀਂ ਵੀ ਉਹਨਾਂ ਸਾਥੀ ਰਹੋ, ਉਹਨਾਂ ਦੇ ਨਾਲ ਫਿਰ ਤੁਹਾਡਾ ਅੱਜ ਕਨੈਕਸ਼ਨ ਹੈਗਾ ਗਾ, ਗੱਲਬਾਤ ਹੁੰਦੀ ਰਹਿੰਦੀ ਹੈ? ਹਾਂਜੀ, ਜਦੋਂ ਹੁਣ ਟੂਰਨਾਮੈਂਟ 'ਤੇ ਕਦੇ ਮਿਲ ਪੈਂਦੇ ਹਾਂ ਜੀ, ਊਂ ਤਾਂ ਜੀ ਇਹ ਹੁਣ ਬਾਹਰ ਬੂਹਰ ਵਿੱਚ ਚਲੇ ਗਏ ਜੀ। ਜਿਵੇਂ ਹੁਣ ਆਵਾਜ਼ ਹੋਇਆ ਉਹ ਅਗਲੀ ਵਾਰੀ ਝੋਲ ਨਹੀਂ ਸਨਮਾਨਿਤ ਕਰਿਆ ਸੀ, ਸਾਡਾ ਵੀ ਕਰਿਆ ਸੀ ਜੀ ਜੀ, ਅਤੇ ਉਹਨੇ ਸ਼ਿੰਦੇ ਨੇ ਚਰਾਲੀਏ ਨੇ ਸਾਨੂੰ ਵੀ ਸੱਦਿਆ ਸੀ, ਉੱਥੇ ਆਵਾਜ਼ ਮਿਲਿਆ, ਬਹੁਤ ਪਿਆਰ ਨਾਲ ਮਿਲਿਆ ਜੀ, ਬਹੁਤ ਜੱਫੀ ਪਾ ਕੇ ਵਧੀਆ ਮਿਲਿਆ ਜੀ, ਉਹਨੇ ਬਹੁਤ ਤਿਓ ਕਰਿਆ। ਹਾਂਜੀ, ਹੁਣ ਜੀ ਜਿਵੇਂ ਹੁਣ ਭੀਮੇ ਹੋਣੀ ਜੀ, ਦੀਨੇ ਵਾਲੇ ਗਾਗੋ ਹੋਣੀ ਜੀ, ਉਹ ਤਾਂ ਕਦੇ ਹੀ ਮਿਲਦੇ ਆ ਜੀ। ਹੁਣ ਦੀਨਾ ਉਹ ਤਾਂ ਭੀਮਾ ਤਾਂ ਬਾਹਰ ਚਲਿਆ ਗਿਆ, ਫੋਨ 'ਤੇ ਕੋਈ ਗੱਲਬਾਤ ਨਹੀਂ ਹੁੰਦੀ? ਨਹੀਂ ਜੀ, ਐਵੇਂ ਕਹੀਏ ਜੀ ਫੋਨ ਫਾਨ 'ਤੇ ਤਾਂ ਹੁੰਦੀ ਨਹੀਂ ਜੀ। ਫੋਨ 'ਤੇ ਤਾਂ ਜੀ ਇੱਕ ਸਾਡਾ ਯਾਰ ਦੋਸਤ ਆ ਸਾਡੇ ਨਾਲ ਹੀ ਖੇਡਦਾ ਹੁੰਦਾ, ਮੇਰੇ ਤੋਂ ਥੋੜ੍ਹਾ ਜਿਹਾ ਵੱਡਾ, ਬਿੱਟੂ ਸੰਗੋਵਾਲੀ ਆ ਜੀ, ਉਹ ਕਨੇਡਾ ਦੇ ਵਿੱਚ ਆ, ਉਹ ਫੋਨ ਮੈਨੂੰ ਜ਼ਰੂਰ ਬਹੁਤ ਕਰਦਾ। ਅਤੇ ਤੁਸੀਂ ਆਪ ਸੋਸ਼ਲ ਮੀਡੀਆ ਫੇਸਬੁੱਕ ਵਗੈਰਾ ਚਲਾਉਂਦੇ ਨਹੀਂ? ਨਾ ਜੀ, ਮੈਂ ਨਹੀਂ ਚਲਾਉਂਦਾ ਜੀ। ਮੈਂ ਇੱਥੇ ਦਰਸ਼ਕਾਂ ਨੂੰ ਜ਼ਰੂਰ ਬੇਨਤੀ ਕਰੂੰਗਾ, ਅਤੇ ਖਾਸ ਤੌਰ 'ਤੇ ਉਹ ਖਿਡਾਰੀਆਂ ਨੂੰ
ਬਾਈ ਭੀਮ ਹੋਣਾ ਨੂੰ, ਬਾਈ ਬਾਜ ਹੋਣਾ ਨੂੰ, ਜਾਂ ਜਿਹਨੇ ਹੋਰ ਖਿਡਾਰੀ ਜਿਨ੍ਹਾਂ ਦੇ ਇਹਨਾਂ ਨੇ ਨਾਮ ਲਏ ਨੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਕੰਟੈਕਟ ਨਹੀਂ, ਤਾਂ ਜੇ ਉਹ ਸਾਡੀ ਇਹ ਮੁਲਾਕਾਤ ਦੇਖਣ ਤਾਂ ਜ਼ਰੂਰ ਇਹਨਾਂ ਦੇ ਨਾਲ ਰਾਬਤਾ ਕਰਨ, ਇਹਨਾਂ ਦੇ ਨਾਲ ਕੰਟੈਕਟ ਕਰਨ। ਇੱਕ ਬਾਈ ਜੀ ਹੋਰ ਵੀ ਗੱਲ ਆ, ਤੁਸੀਂ ਆਪਦੇ ਬੇਟੇ ਨੂੰ ਵੀ ਮਾਂ ਖੇਡ ਦੇ ਵਿੱਚ ਪਾਇਆ ਹੋਇਆ ਗਾ, ਤੁਹਾਡਾ ਭਤੀਜਾ ਵੀ ਖੇਡ ਰਿਹਾ ਹੈਗਾ, ਉਹਦੇ ਬਾਰੇ ਵੀ ਦੱਸੋ ਵੀ ਉਹ ਤੁਸੀਂ ਪਹਿਲਾਂ ਹੀ ਸੋਚ ਲਿਆ ਸੀ ਵੀ ਮੈਂ ਆਪਦੇ ਬੇਟੇ ਨੂੰ ਕਬੱਡੀ ਪਲੇਅਰ ਬਣਾਉਣਾ ਗਾ। ਹਾਂ ਜੀ, ਇਹ ਜੀ ਹੁਣ ਬੇਟੇ ਨੂੰ ਤਾਂ ਪਹਿਲਾਂ ਹੀ ਬੇਟਾ ਕਹਿੰਦਾ ਸੀ ਮੈਂ ਕਬੱਡੀ ਖੇਡਣੀ ਆ, ਮੈਂ ਆਪ ਨਾਲ ਖੇਡਿਆ ਜੀ ਉਹਦੇ ਮੈਚ ਮੇਰੇ ਨਾਲ, ਮੈਨੂੰ ਕਹਿੰਦਾ ਸੀ ਵੀ ਮੇਰੀ ਲਾਈਨ ਨਹੀਂ ਬਣਦੀ ਵੀ ਮੇਰੇ ਨਾਲ ਚੱਲੋ, ਪਰ ਅਸੀਂ ਬੇਰ ਖੇਡੇ, ਅਸੀਂ ਦੋ ਹੀ ਪਿਓ ਪੁੱਤਾਂ ਦੇ ਜੱਫੇ ਦੀ ਜੀ, ਦੋ ਉਹਨੇ ਲਾਏ ਇੱਕ ਮੈਂ ਲਾਇਆ, ਹੈ ਨਾ ਜੀ। ਹੁਣ ਚਲੋ ਤਕੜਾ ਹੋ ਗਿਆ ਗਾਹਾਂ ਨੂੰ ਜੀ, ਖਿੜਕੜਾਵਾਂਗੇ। ਉਹਨਾਂ ਦਾ ਨਾਂ ਦੱਸਣਾ ਚਾਹੋਗੇ ਤੁਹਾਡੇ ਬੇਟੇ ਦਾ? ਉਹਨਾਂ ਦਾ ਨਾਂ ਜੀ ਸੁਖਦੀਪ ਸਿੰਘ ਆ ਜੀ। ਹਾਂਜੀ, ਤੂਏ ਦਾ ਨਾਂ ਭਤੀਜਾ ਜੀ ਉਹ ਗੁਰਵਿੰਦਰ ਸਿੰਘ ਆ ਜੀ। ਹਾਂਜੀ, ਇਹ ਤਾਂ ਜੀ ਹੁਣ ਮੇਰੀ ਨੇਚਰ ਤਾਂ ਇਹ ਸੀ ਜਾਣੀ ਕਿ ਚਲੋ ਬਾਕੀ ਪਰਮਾਤਮਾ ਨੇ ਦੇਣਾ ਹੁੰਦਾ ਜੀ ਜਿਹੜਾ ਕੁਛ ਦੇਣਾ, ਹੈ ਨਾ ਜੀ। ਅਸੀਂ ਤਾਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਵੀ ਜਿਹੜਾ ਕੁਛ ਦਿੱਤਾ ਸਾਨੂੰ ਉਹ ਨਹੀਂ ਦਿੱਤਾ, ਹੈ ਨਾ ਜੀ। ਕੋਈ ਕਿਸੇ ਤੋਂ ਜ਼ੋਰ ਮਾਰ ਕੇ ਲੈ ਨਹੀਂ ਸਕਦਾ, ਜਿੰਨੀ ਮਰਜ਼ੀ ਵੱਡੇ ਵੱਡੇ ਹੁਣ ਮਿਹਨਤ ਤਾਂ ਕਰਦੇ ਨੇ ਪਰ ਜ਼ੋਰ ਮਾਰ ਕੇ ਲਿਆ ਨਹੀਂ ਜਾਂਦਾ ਵੀ। ਜਾਣੀ ਕਿ ਸਾਡਾ ਮੇਰੇ ਮਨ ਦੀ ਇੱਛਾ ਇਹ ਆ ਵੀ ਜੋ ਬੇਟਾ ਮੇਰਾ ਵੀ ਮੈਂ ਉਹਨੂੰ ਜਾਣੀ ਕਿ ਦੁਨੀਆ ਤੋਂ ਵੀ ਦੱਸਦਾ ਹਾਂ ਵੀ ਕਸ਼ਮੀਰੇ ਦਾ ਬੇਟਾ ਵੀ ਦੁਨੀਆ 'ਤੇ ਉਹਦਾ ਨਾਂ ਹੋਵੇ, ਹੈ ਨਾ ਜੀ। ਹਾਂ, ਬੇਟਾ ਤਾਂ ਸੋਸ਼ਲ ਮੀਡੀਆ ਚਲਾਉਂਦਾ ਹੋਊ, ਅੱਜ ਦੀ ਕਬੱਡੀ ਨੂੰ ਵੀ ਦੇਖਦਾ ਹੋਊ, ਚਲੋ ਤੁਸੀਂ ਵੀ ਦੇਖਦੇ ਹੋ, ਪਰ ਉਹ ਫਿਰ ਵੀ ਨੌਜਵਾਨ ਆ, ਉਹ ਇੱਕ ਹੋਰ ਨਜ਼ਰ ਨਾਲ ਦੇਖਦਾ ਹੋਊ। ਉਹ ਨਹੀਂ ਕਹਿੰਦਾ ਵੀ ਮੈਂ ਬਾਪੂ ਪ੍ਰੋਟੀਨ ਲੈਣੇ ਆ ਜਾਂ ਮੈਂ ਆਹ ਚੀਜ਼ ਕਰਨੀ ਆ ਜਾਂ ਆਹ ਇੱਦਾਂ ਦੇਖਣਾ ਗਾ। ਉਸ ਚੀਜ਼ ਨੂੰ ਤੁਸੀਂ ਕਿੱਦਾਂ ਟੈਕਲ ਕਰਦੇ ਹੋ? ਉਹ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਮੁਸ਼ਕਲਾਂ ਇਹ ਜੀਆਂ? ਹਾਂ ਜੀ, ਇਹ ਤਾਂ ਆਉਂਦੀਆਂ ਜੀ ਮੁਸ਼ਕਲਾਂ, ਉਹ ਜਾਣੀ ਕਿ ਇੰਨਾ ਬਹੁਤੀ ਉਹ ਨਹੀਂ ਕਰਦਾ ਜੀ ਉਹਨੂੰ ਜੀ। ਤੁਹਾਨੂੰ ਮੈਂ ਦੱਸਦਾ ਵੀ ਤੜਕੇ ਮੈਂ ਰਾਤ ਨੂੰ ਉਹਦੀ ਮੰਮੀ ਨੇ ਛੋਲੇ ਭਿਉਂ ਦੇਣੇ ਨੇ, ਤੜਕੇ ਮੈਂ ਵਾਲੀ ਦੇ ਕੇ ਰੱਖਣੇ ਆ, ਫਿਰ ਉਹਨੂੰ ਗਿਰੀਆਂ ਭਿਉਂ ਦੇਣੀਆਂ ਨੇ, ਫਿਰ ਜੀ ਮੈਂ ਕੇਲੇ ਲਿਆ ਕੇ ਰੱਖਦਾ ਹਾਂਜੀ, ਫਿਰ ਉਹਦਾ ਇਹ ਮੈਕਸੀ 'ਚ ਉਹ ਕਰਕੇ ਛੋਲਿਆਂ ਨੂੰ ਵਿੱਚ ਦੁੱਧ ਪਾ ਕੇ ਫਿਰ ਪੀਂਦਾ। ਹੁਣ ਜੀ ਵਿੱਚ ਬੰਦੇ ਉਹਨੂੰ ਦੇਖ ਕੇ ਕਹੀ ਜਾਂਦੇ ਆ, ਹੈ ਨਾ ਜੀ, ਵੀ ਇਹ ਉਹ ਕਰਦਾ ਪ੍ਰੋਟੀਨ ਉਹ ਫਲਾਨਾ ਤਿਮਕਾ ਇਮਕਾ, ਹਾਂਜੀ ਚਲੋ ਕਈ ਜਾਣ ਦੋ ਜੇ ਇਹ ਖਾਊਗਾ ਤਾਂ ਹੀ ਆ ਜੇ। ਮੈਨੂੰ ਕਿਹਾ ਤਾਂ ਹੈਗਾ ਵੀ ਮੈਂ ਵੀ ਖਾ ਲਿਆ ਕਰੂੰ ਥੋੜ੍ਹਾ ਬਹੁਤਾ, ਮੈਂ ਇਹਨੂੰ ਹਜੇ ਰੋਕ ਰਿਹਾ ਮੈਂ ਭਾਰੀ ਹੋ ਜਾਏਗਾ ਤੂੰ, ਹੈ ਨਾ ਜੀ, ਖੁਰਾਕ ਬਹੁਤ ਆ ਜਿਵੇਂ ਹੁਣ ਮੀਟ ਆਂਡਾ, ਹੈ ਨਾ ਜੀ, ਉਹ ਖਾ ਲੈਂਦਾ ਖੁਰਾਕ ਜੀ, ਖਾਂਦਾ ਆਪਦੇ ਆਪ ਹੀ ਬਹੁਤ ਆ, ਜਿਵੇਂ ਹੁਣ ਕਿੰਨੂ ਕਾਨੂੰ ਲਿਆ ਕੇ ਰੱਖੀ ਦੇ ਸਾਰਾ ਕੁਛ, ਹੈ ਨਾ ਜੀ, ਦੁੱਧ ਘਿਓ ਖੋਆ, ਖੋਆ ਤਾਂ ਜੀ ਅਸੀਂ ਮੁੱਕਣੇ ਨਹੀਂ ਦਿੱਤਾ ਸਿਆਲੋ ਸਿਆਲ, ਇਹਦੇ ਕਰਕੇ ਮੈਂ ਇਹਨੂੰ ਕਹਿ ਦੇਣਾ ਵੀ ਇਹ 'ਚ ਕੀ ਆ ਪ੍ਰੋਟੀਨ ਹੀ ਨੇ, ਹੈ ਨਾ ਜੀ। ਕਰਮਾਂ ਵਾਲੇ ਹੁੰਦੇ ਨੇ ਇਹ ਜੇ ਧੀ ਪੁੱਤ ਜਿਨ੍ਹਾਂ ਨੂੰ ਤੁਹਾਡੇ ਵਰਗੇ ਮਾਪੇ ਮਿਲਦੇ ਨੇ, ਪਰ ਤੁਸੀਂ ਵੀ ਕਰਮਾਂ ਵਾਲੇ ਹੋ ਜਿਨ੍ਹਾਂ ਦਾ ਪੁੱਤ ਅੱਜ ਤੁਹਾਡੇ ਕਹਿਣੇ 'ਚ ਆ। ਬਹੁਤ ਸਾਰੇ ਮਾਪਿਆਂ ਦੇ ਪੁੱਤ ਉਹਨਾਂ ਦੇ ਕਹਿਣੇ 'ਚ ਨਹੀਂ ਹੁੰਦੇ, ਸਹੀ ਗੱਲ ਆ। ਤੁਸੀਂ ਕਿਵੇਂ ਦੇਖਦੇ ਹੋ ਆਉਣ ਵਾਲਾ ਕਬੱਡੀ ਦਾ ਭਵਿੱਖ? ਭਵਿੱਖ ਤਾਂ ਜੀ ਹੁਣ ਚਲੋ ਇਹ ਦੁਨੀਆਦਾਰੀ ਆ ਜੀ, ਕੋਈ ਕਿਸੇ ਦੇ ਕਹੇ 'ਤੇ ਹੜਦਾ ਨਹੀਂ, ਕੋਈ ਕਿਸੇ ਦੇ ਕਹੇ 'ਤੇ ਲੱਗਦਾ ਨਹੀਂ, ਹੈ ਨਾ ਜੀ। ਜੇ ਖਿਡਾਰੀ ਆਪਦੇ ਆਪ ਹੀ ਸੋਚੇ ਵੀ ਮੈਂ ਲੰਬਾ ਖੇਡਣਾ, ਹੈ ਨਾ ਜੀ, ਉਹ ਗਰਾਊਂਡ ਦੀ ਮਿਹਨਤ ਕਰੇ, ਦੇਸੀ ਖੁਰਾਕਾਂ ਖਾਵੇ, ਹੈ ਨਾ ਜੀ, ਉਹ ਆਪ ਹੀ ਲੰਬੇ ਸਮੇਂ ਤੱਕ ਖੇਡੂ। ਹੁਣ ਜੀ ਦੇਖੋ ਤੁਸੀਂ ਮੇਰੇ ਦੇਖਦੇ ਦੇਖਦੇ ਜੀ, ਮੈਂ ਹਜੇ ਆਹ 2-3 ਕੁ ਸਾਲ ਹੋਏ ਆ ਦੂਏ ਮੈਚ ਖੇਡਦੇ ਸੀ ਅਸੀਂ ਬੈਟਰਨ ਦੇ, ਹੈ ਨਾ ਜੀ, ਪ੍ਰੀਤਮ ਭਲਵਾਨ ਉਹਨਾਂ ਨਾਲ ਖੇਡਦੇ ਸੀ, ਬਹੁਤ ਮੈਚ ਖੇਡਿਆ ਸੀ ਅਤੇ ਕਈ ਸਾਲ ਤਕੜੇ ਖੇਡਦੇ ਰਹੇ ਹਾਂ ਅਸੀਂ,
ਮੈਚ ਉੱਥੇ ਸਾਨੂੰ ਬਾਬੇ ਨੇ ਘੋੜਾ ਦਿੱਤਾ ਸੀ ਉੱਥੇ ਚੰਦ ਪੁਰਾਣੇ ਨਛੱਤਰ ਸਿੰਘ ਨੇ ਹੈ ਨਾ ਜੀ, ਅਤੇ ਉਹ ਗੱਲਾਂ ਜੀ ਵੱਖਰੀਆਂ ਨੇ। ਜੇ ਹੁਣ ਇਹ ਸੋਚਣ ਵੀ ਉਹ ਭਲਵਾਨ ਇੰਨੀ ਲੰਬੀ ਕੌਡੀ ਖੇਡ ਗਿਆ ਵੀ ਮੈਂ ਵੀ ਖੇਡਾਂ ਹੈ ਨਾ ਜੀ, ਪਤਾ ਨਹੀਂ ਕੀ ਗੱਲ ਆ ਜੀ ਇਹਨਾਂ ਨੂੰ ਤਾਂ, ਜਿਵੇਂ ਕਹਿੰਦੇ ਨੇ ਉੱਧਰ ਗਾਉਣ ਵਾਲਿਆਂ ਨੂੰ ਉੱਧਰ ਇਹਨਾਂ ਨੂੰ ਖਿਡਾਰੀਆਂ ਨੂੰ ਪਤਾ ਨਹੀਂ ਕਾਹਦੀ ਦੌੜ ਲੱਗੀ ਹੋਈ ਆ, ਕਿਤੇ ਕੁਛ ਕਰਦੇ ਨੇ ਕਦੇ ਕੁਛ ਕਰਦੇ ਨੇ। ਹੁਣ ਖਿਡਾਰੀ ਆ ਜੀ ਉਹ ਕਹਿੰਦਾ ਮੈਂ ਇੱਕਦਮ ਹੀ ਤਕੜਾ ਹੋਇਆ, ਇੱਕਦਮ ਤਕੜਾ ਤਾਂ ਹੋਣਾ ਜੀ ਬਹੁਤ ਮੁਸ਼ਕਿਲ ਹੈ ਨਾ ਜੀ, 2-4 ਸਾਲ ਤਾਂ ਲੱਗਦੇ ਹੀ ਨੇ ਫਿਰ ਤਕੜਾ ਹੋਊ, ਫਿਰ ਗਰਾਊਂਡ 'ਚ ਜਾਊ, ਫਿਰ ਰੱਬ ਸਾਥ ਦੇਵੇ ਉਹ ਚੰਗਾ ਬਣ ਸਕਦਾ ਹੈ ਨਾ ਜੀ, ਰੱਬ ਦਾ ਸ਼ੁਕਰਾਨਾ ਕਰੇ ਹੈ ਜੀ। ਜਦੋਂ ਜੀ ਆਪਾਂ ਹੁਣ ਜੇ ਆਪਾਂ ਆ ਕੇ ਇੱਥੇ ਗਰਾਊਂਡ ਦੇ ਵਿੱਚ ਹੀ ਮੱਥਾ ਟੇਕੀ ਜਾਈਏ ਰੋਜ਼ ਵੀ ਧਰਤੀ ਮਾਂ ਸਾਨੂੰ ਦੇ, ਅਸੀਂ ਇੰਨੀ ਉਹ ਕਰਦੇ ਹਾਂ ਥਾਪਨਾ ਦੇ, ਹੈ ਨਾ ਜੀ, ਇਹ ਤਾਂ ਧਰਤੀ ਮਾਂ ਦਾ ਵੀ ਥਾਪਨਾ ਦੇ ਦਿਉ ਜੀ, ਹੈ ਨਾ ਜੀ। ਕਸ਼ਮੀਰਾ ਜੀ, ਅੱਜ ਤੁਹਾਡੇ ਨਾਲ ਮੁਲਾਕਾਤ ਕਰਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ, ਅਤੇ ਮੈਂ ਉਮੀਦ ਕਰਦਾ ਜਿਹੜੇ ਦਰਸ਼ਕਾਂ ਨੇ ਇਹ ਮੁਲਾਕਾਤ ਅੱਜ ਦੀ ਦੇਖੀ ਹੋਊਗੀ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਊ, ਬਹੁਤ ਆਨੰਦ ਆਇਆ ਹੋਊਗਾ, ਖਾਸ ਕਰਕੇ ਕਬੱਡੀ ਪ੍ਰੇਮੀਆਂ ਨੂੰ। ਤੁਸੀਂ ਅੱਜ ਆਪਣੇ ਕੀਮਤੀ ਵਕਤ ਤੋਂ ਸਾਨੂੰ ਵਕਤ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ ਸਾਰਿਆਂ ਦੇ ਨਾਲ। ਮੈਂ ਇਹ ਵੀ ਅਰਦਾਸ ਕਰਦਾਂਗਾ ਵੀ ਤੁਹਾਡਾ ਬੇਟਾ ਵੀ ਤੁਹਾਡੇ ਵਾਂਗੂ ਤੁਹਾਡਾ ਨਾਮ ਉੱਚਾ ਕਰੇ, ਪਰਿਵਾਰ ਦਾ ਨਾਮ ਉੱਚਾ ਕਰੇ। ਮੇਰੀ ਤਾਂ ਜੀ ਪਹਿਲਾਂ ਹੀ ਥਿਊਰੀ ਆ, ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਮੇਰਾ ਮਨ ਹੀ ਇਹ ਆ ਵੀ ਹਾਂ ਵੀ ਦੁਨੀਆ ਕਹੇ ਵੀ ਕਸ਼ਮੀਰੇ ਦਾ ਮੁੰਡਾ, ਜਿਵੇਂ ਜੀ ਹੁਣ ਮੰਡੀਆਂ ਵਾਲੇ ਗੁਰਮੀਤ ਹੋਣੀ ਨੇ ਹੈ ਨਾ ਜੀ, ਉਹਨਾਂ ਨੇ ਆਪਦੇ ਡੈਡੀ ਦਾ ਨਾਂ ਕਿੰਨਾ ਰੋਸ਼ਨ ਕਰਿਆ ਹੈ ਨਾ ਜੀ, ਵਧੀਆ ਉਹਨਾਂ ਦੇ ਉਹ ਆ ਹੈ ਨਾ ਜੀ। ਅਤੇ ਆਇਆ ਜੀ ਕੌਡੀ ਨੀਰੀ ਪ੍ਰੀਮ ਨਹੀਂ ਦੇਖੀ ਜਾਂਦੀ, ਹੁਣ ਪਿਆਰ ਵੀ ਦੇਖਿਆ ਜਾਂਦਾ ਜੀ, ਹੁਣ ਆਪਣਾ ਪਿਆਰ ਆ ਦੇਖੋ, ਭਿੰਦਰ ਹੋਣਾ ਨਾ, ਬਿੱਟੂ ਹੋਣਾ ਨਾ, ਤੁਹਾਨੂੰ ਮੈਂ ਗਾਗੋ ਹੋਣਾ ਨਾ ਦੱਸ ਕੇ ਹਟਿਆ ਜੀ, ਹਰਜੀਤ ਨਾਲ ਦਾ ਸਾਡਾ ਇੰਨਾ ਪਿਆਰ ਤੀ ਜੀ ਹੱਦੋਂ ਵੱਧਦੇ ਪਿਆਰ ਤੀ ਹੈ ਨਾ ਜੀ, ਹੈ ਨਾ ਜੀ। ਇੱਕ ਬੁਰਜ ਹਮੀਰੇ ਵਾਲਾ ਉਹ ਆ ਰਾਮੂ ਹੈ ਨਾ ਜੀ, ਉਹਦੇ ਨਾਲ ਸਾਡੇ ਘਰ ਵਾਲੀ ਰਿਲੇਸ਼ਨ ਨੇ, ਉੱਧਰੋਂ ਉੱਧਰ ਹੀ ਜਾਣੀ ਵੀ ਆਉਣੀ ਆ ਹੈ ਨਾ ਜੀ। ਹੁਣ ਪ੍ਰੀਤਮ ਭਲਮਾਨ ਹੋਣੀ ਨੇ ਹੈ ਨਾ ਜੀ, ਉਹਨਾਂ ਨਾਲ ਬਹੁਤ ਉਹ ਆ, ਉਹ ਕਹਿੰਦਾ ਮੈਂ ਤੇਰਾ ਬੜਾ ਭਾਈ ਹਾਂ। ਅਤੇ ਆਇਆ ਜੀ ਵੀ ਨਿਰੀ ਪੂਰੀ ਕੌਡੀ ਵੀ ਉਹ ਦੇਖੀ ਜਾਂਦੀ, ਪਿਆਰ ਵੀ ਦੇਖਿਆ ਜਾਂਦਾ ਜੀ ਹੈ ਨਾ ਜੀ। ਹੁਣ ਵਾਲੀ ਬਨੀਰੀ ਪਿਆਰ ਨਹੀਂ ਜੀ ਇੱਕ ਦੂਜੇ ਨੂੰ ਕਰਦੇ, ਨਹੀਂ ਕਰਦੇ ਨਹੀਂ, ਸਾਡਾ ਹਜੇ ਵੀ ਪਿਆਰ ਬਣਿਆ ਹੋਇਆ ਜੀ, ਚਾਹੇ ਖੇਡਣੋਂ ਹਟ ਹੀ ਗਏ ਅਸੀਂ ਹੈ ਨਾ ਜੀ। ਕਸ਼ਮੀਰਾ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਥੈਂਕ ਯੂ। ਦੋਸਤੋ, ਇਹ ਸੀ ਆਪਣੇ ਸਮੇਂ ਦਾ ਟੌਪ ਦਾ ਜਾਫੀ ਰਿਹਾ ਕਸ਼ਮੀਰਾ ਮਲੌਦ ਰੋੜੀਆਂ। ਅੱਜ ਦੀ ਮੁਲਾਕਾਤ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ। ਜਲਦੀ ਹੀ ਮਿਲਾਂਗੇ ਕਬੱਡੀ ਦੇ ਕਿਸੇ ਹੋਰ ਸੁਪਰ ਸਟਾਰ ਦੇ ਨਾਲ, ਕਬੱਡੀ ਦੀ ਕਿਸੇ ਹੋਰ ਉੱਭਰਦੀ ਹਸਤੀ ਦੇ ਨਾਲ। ਉਦੋਂ ਤੱਕ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।